ਦੇ ਸ਼ਰਮਾ ਸਨ ਗਿਆਨ ਚੰਦ ਸ਼ਰਮਾ ਗਾਉਂ ਸਿਉਂਟੀ ਅਸੀਂ ਰਾਤ ਨੂੰ ਕੋਈ 1200-1212 ਦੇ ਕਰੀਬ ਘਰ ਸੁੱਤੇ ਸੀ ਮੈਂ ਮੇਰੀ ਵਹੁਟੀ ਅਤੇ ਮੇਰੀ ਮਾਤਾ ਜੀ ਜਦੋਂ ਵਰਖਾ ਲੱਗੀ ਹੈ ਤਾਂ ਅਸੀਂ ਜਾ ਕੇ ਅਸੀਂ ਉਹ ਪ੍ਰਣਾਲੇ ਦਾ ਜਿਹੜਾ ਪਾਣੀ ਸੀ ਉਹ ਇੱਕ ਪਾਸੇ ਸਾਈਡ ਕੀਤਾ ਅਤੇ ਅਸੀਂ ਫਿਰ ਜਾ ਮੈਂ ਵੀ ਜਾਗਿਆ ਕਰਦਾ ਸੀ ਅਤੇ ਮੇਰੀ ਵਹੁਟੀ ਵੀ ਜਾਗਿਆ ਕਰਦੀ ਅਚਾਨਕ ਫਿਰ ਕੀ ਹੋਇਆ ਵੀ ਬਿਜਲੀ ਕੜਕੀ ਹੈ ਤਾਂ ਉਹ ਜਿਹੜੀ ਉੱਪਰੋਂ ਜਿਹੜੀ ਸਲੀਟਾਂ ਦੀ ਉਹ ਹੀ ਕਿਉਂਕਿ ਇੱਟਾਂ ਜਿਹੜੀਆਂ ਬਣੀ ਰਹੀਆਂ ਉਹ ਸਾਰੀਆਂ ਦੀ ਸਾਰੀਆਂ ਕੋਈ 40-50 ਇੱਟਾਂ ਹੋਣੀਆਂ ਨੇ ਕੋਈ ਕੁਇੰਟਲ 2 ਕੁਇੰਟਲ ਭਾਰ ਹੋਣਾ ਦਾ ਉਹ ਸਾਰਾ ਮੇਰੀ ਬੋਟੀ 'ਚ ਪੈ ਗਿਆ ਅਤੇ ਮੈਂ ਉਹਦੇ ਲਾਗੇ ਸੁੱਤਿਆ ਥੋੜ੍ਹੀ ਦੂਰੀ 'ਤੇ ਅਤੇ ਮੇਰਾ ਬਚਾਅ ਹੋ ਗਿਆ ਮੇਰੀ ਮਾਤਾ ਦਾ ਬਚਾਅ ਹੋ ਗਿਆ ਪਰ ਮੇਰੀ ਜਿਹੜੀ ਵਾਈਫ ਸੀ ਉਹ ਐਨ ਸਪੋਰਟ ਮੌਕੇ 'ਤੇ ਹੀ ਦਮ ਤੋੜ ਗਈ ਅਸੀਂ ਪਹਿਲੇ ਸੁਖਸਰ ਦਾ ਹਸਪਤਾਲ ਗਏ ਉਸ ਤੋਂ ਬਾਅਦ ਅਸੀਂ ਰਾਜ ਹੋਸਪਿਟਲ ਜਿਹੜਾ ਸਿੰਬਲ ਚੌਂਕ 'ਚ ਉੱਥੇ ਅਸੀਂ ਚੈੱਕਅਪ ਕਰਾਇਆ ਉਹਨਾਂ ਡਾਕਟਰ ਨੇ ਮ੍ਰਿਤ ਘੋਸ਼ਿਤ ਕਰਤਾ ਵੀ ਇਹ ਹੁਣ ਨਹੀਂ ਰਹੇ ਅਤੇ ਫਿਰ ਅਸੀਂ ਉਸ ਤੋਂ ਬਾਅਦ ਅਸੀਂ ਇਹ ਘਰ ਤੁਸੀਂ ਇਹ ਮਕਾਨ ਵਾਸਤੇ ਅਪਲਾਈ ਵੀ ਕੀਤੀ ਸੀ ਗ੍ਰਾਂਟ ਅਸੀਂ ਇਸ ਮਕਾਨ ਨੂੰ ਕਈ ਵਾਰੀ ਅਪਲਾਈ ਕੀਤਾ ਮੇਰਾ ਖਿਆਲ ਹੈ ਵੀ ਕੋਈ 25 ਸਾਲ ਹੋ ਜਾਣਾ ਅਪਲਾਈ ਕਰਦਿਆਂ ਨੂੰ ਸਾਡਾ ਕੱਚਾ ਮਕਾਨ ਹੈ ਕੋਈ ਗ੍ਰਾਂਟ ਨਹੀਂ ਕਿਉਂਕਿ ਮੈਂ 400-500 ਰੁਪਏ ਦਿਹਾੜੀ ਕਮਾਉਣ ਵਾਲਾ ਬੰਦਾ ਰੋਜ਼ ਦਿਹਾੜੀ ਲਾਉਣੀ ਤਾਂ ਰੋਜ਼ ਖਾਣੀ ਅਤੇ ਮਕਾਨ ਕਿੱਥੋਂ ਬਣਾਉਣਾ ਸੀ ਇਸ ਕਾਰਨ ਮਤਲਬ ਕਿ ਇਹਨਾਂ ਨੇ ਕੋਈ ਗੌਰ ਨਹੀਂ ਕੀਤੀ ਅਤੇ ਅਚਾਨਕ ਮੇਰੇ ਇਹ ਹਾਸ ਹੋ ਗਿਆ ਅਸੀਂ ਅਪਲਾਈ ਅੱਜ ਦੇ ਜਿੰਨੇ ਵੀ ਸਰਪੰਚ ਬਣੇ ਨੇ ਸਾਰਿਆਂ ਨੇ ਵਾਰੀ ਵਾਰੀ ਆ ਕੇ ਫਾਰਮ ਵੀ ਭਰੇ ਫੋਟੋ ਵੀ ਖਿੱਚੀਆਂ ਸੈਨ ਵੀ ਮੇਰੇ ਕਰਾਏ ਪਰ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਇਹਦੇ 'ਚ ਵੀਡੀਓ ਸਾਹਿਬ ਜੀ ਸੈਕਟਰੀ ਸਾਹਿਬ ਜੀ DC ਸਾਹਿਬ ਜੀ ਸਾਰੇ ਜ਼ਿੰਮੇਵਾਰ ਨੇ ਇਹਨਾਂ ਨੂੰ ਇਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏ ਕਿਉਂਕਿ ਸਾਡੇ ਘਰ ਦਾ ਇੱਕ ਜੀ ਚਲਾ ਗਿਆ ਜਿਹੜਾ ਵਾਪਸ ਨਹੀਂ ਆ ਸਕਦਾ ਇੱਕ ਵੱਜ ਚੁੱਕਾ ਹੈ 1 ਵਜੇ ਤੱਕ ਕੋਈ ਵੀ 12:30-1 ਦਾ ਟਾਈਮ ਹੋ ਗਿਆ ਅੱਜ ਤੱਕ ਕੋਈ ਵੀ ਰਾਜਨੀਤਿਕ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਅੱਜ ਤੱਕ ਇੱਥੇ ਪਹੁੰਚਿਆ ਅਸੀਂ ਆਪਣੇ ਘਰ ਦੇ ਮੈਂਬਰ ਜਾਂ ਫੈਮਿਲੀ ਮੈਂਬਰ ਜਾਂ ਮੁਹੱਲੇ ਦੇ ਵਾਸੀ ਅਸੀਂ ਇਕੱਠੇ ਹਾਂ ਇੱਥੇ ਔਰ ਕੋਈ ਇੱਥੇ ਇਨਸਾਨ ਨਹੀਂ ਆਇਆ ਤੁਸੀਂ ਸੁਹਾਸ ਲਈ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ ਅਸੀਂ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਸਮਝਾਂਗੇ ਕਿਉਂਕਿ ਜਿਹਨਾਂ ਨੇ ਜ਼ਿੰਮਾ ਲਿਆ ਲਾਲ ਕਿਲੇ 'ਤੇ ਖੜੋ ਕੇ ਅਤੇ ਕਹਿੰਦੇ ਨੇ ਵੀ ਅਸੀਂ ਇੰਨੇ ਘਰ ਬਣਾਤੇ ਨੇ ਅਤੇ ਬਣਾਏ ਕਿਹਦੇ ਨੇ ਸਾਡਾ ਤਾਂ ਘਰ ਬਣਿਆ ਨਹੀਂ ਇਹ ਜ਼ਿੰਮੇਵਾਰੀ ਕਿਹਦੀ ਹੈ ਜਿਹੜੇ ਲਾਲ ਕਿਲੇ 'ਤੇ ਖੜੋ ਕੇ ਭਾਸ਼ਣ ਦਿੰਦੇ ਨੇ ਵੀ ਅਸੀਂ ਇੰਨੇ ਘਰ ਬਣਾਤੇ ਨੇ ਉਹ ਕਿੱਥੇ ਗਿਆ ਤੁਹਾਡੇ ਘਰ ਜੇ ਗਰੀਬ ਬੰਦੇ ਨੂੰ ਗ੍ਰਾਂਟ ਨਹੀਂ ਦੇਣੀ ਤਾਂ ਕਿਹਨੂੰ ਗ੍ਰਾਂਟ ਦੇਣੀ ਹੈ ਉਹਨਾਂ ਨੂੰ ਜਿਹਨਾਂ ਨੇ 3-3 ਮੰਜ਼ਿਲੀ ਮਕਾਨ ਅੱਗੇ ਆਲਰੇਡੀ ਪਹਿਲੇ ਬਣੇ ਦੇ ਆ ਪਠਾਨਕੋਟ 'ਚ ਜਾਓ ਉਹਨਾਂ ਨੂੰ ਗ੍ਰਾਂਟਾਂ ਮਿਲੀਆਂ ਜਿਹਨਾਂ ਲੱਗਿਆ ਆਲਰੇਡੀ ਮਕਾਨ ਬਣੇ ਦੇ ਆ ਫਿਰ ਅਸੀਂ ਨਾ ਨਹੀਂ ਕਿਸੇ ਦਾ ਲੈਣ ਦੇ ਵੈਰੀਫਾਈ ਕਰੋ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਪਰ ਸਾਡਾ ਕੱਚਾ ਮਕਾਨ 1965 ਦਾ ਬਣਿਆ 1965 'ਚ ਸਾਡੇ ਪਿਓ ਨੇ ਘਰ ਬਣਾਇਆ ਸੀ ਅਤੇ ਕਿੰਨੀ ਕੁ ਉਮਰ ਕੱਚੇ ਘਰ ਨੇ ਕਿੱਚੀਆਂ ਇੱਟਾਂ ਲੱਗ ਰਹੀਆਂ ਕਿੰਨੇ ਕੁ ਚਾਰੋਂ ਯਾਰ ਨੇ ਕੱਢਣਾ ਸੀ ਆਫਟਰ ਵਾਲੇ ਕਿੱਦਾਂ ਇੱਕ ਦਰਦ ਉਹਨੇ ਡਿੱਗਣਾ ਸੀ ਇਹਦੇ ਵਿੱਚ ਅਸੀਂ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਪ੍ਰਸ਼ਾਸਨ 'ਤੇ ਸੁੱਟਦੇ ਹਾਂ ਕਿਉਂਕਿ ਸਾਡੀ ਇਹਦੇ ਵਿੱਚ ਕੋਈ ਗਲਤੀ ਨਹੀਂ ਕਿ ਅਸੀਂ ਤਾਂ ਆਪਣੇ ਘਰ ਸੌਣੇ ਹੀ ਨਹੀਂ ਅਸੀਂ ਅੰਦਰ ਨਹੀਂ ਸੌਂਦੇ ਅਸੀਂ ਬਾਹਰ ਸੌਂਦੇ ਹਾਂ ਅਸੀਂ ਬਰਾਮਦੇ 'ਚ ਸੁੱਤੇ ਨਹੀਂ ਦੋ ਵਾਰੀ ਮੀਡੀਆ ਵਾਲੇ ਵੀ ਆ ਗਏ ਕੌਣ ਕੌਣ ਹੀ ਹਾਸੇ ਵਿੱਚ ਕੌਣ ਸੀ ਅੰਦਰ ਸੁੱਤਾ ਪਿਆ ਰਾਤ ਨੂੰ ਕਿੰਨੇ ਪਰਿਵਾਰ ਦੇ ਮੈਂਬਰ ਸੀ ਮੈਂ ਮੇਰੀ ਧਰਮ ਪਤਨੀ ਔਰ ਮੇਰੀ ਮਾਤਾ ਜੀ ਪ੍ਰਕਾਸ਼ੋ ਦੇਵੀ ਔਰ ਰਜਨ ਦੇਵੀ ਮੇਰੀ ਧਰਮ ਪਤਨੀ ਮੈਂ ਰਜਿੰਦਰ ਸ਼ਰਮਾ ਅਸੀਂ ਤਿੰਨੇ ਹੀ ਬਰਾਮਦੇ 'ਚ ਸੁੱਤੇ ਨਹੀਂ ਸਾਡੇ ਅਸੀਂ ਘਰ ਦੇ ਵਿੱਚ ਥੱਲੇ ਜਿਹੜਾ ਮਕਾਨ ਡਿੱਗਦਾ 2.5 ਸਾਲ ਦਾ ਉਹਦੇ 'ਚ ਅਸੀਂ ਬਲੀਆਂ ਲਾ ਕੇ ਉਹਨੂੰ ਸਪੋਰਟ ਦਿੱਤੀ ਹੋਈ ਹੈ 2.5 ਸਾਲ ਦੀ ਔਰ ਅੱਜ ਤੱਕ ਕੋਈ ਨਾ ਰਾਜਨੇਤਾ ਆਇਆ ਨਾ ਪ੍ਰਸ਼ਾਸਨਿਕ ਅਧਿਕਾਰੀ ਆਇਆ ਨਾ SDO ਆਇਆ ਨਾ BDO ਆਇਆ ਨਾ ਕੋਈ ਇੱਥੇ ਤੱਕ DC ਸਾਹਿਬ ਨੇ ਕੋਈ ਇੱਥੇ ਮੈਂਬਰ ਭੇਜਿਆ ਵੀ ਉਹਨਾਂ ਦੇ ਮਕਾਨ ਦੇਖ ਕੇ ਆਓ ਕੀ ਬਣਿਆ ਮੀਡੀਆ ਵਾਲੇ 2-3 ਵਾਰੀ ਆਏ ਫੋਟੋ ਖਿੱਚ ਕੇ ਚੱਲ ਗਏ GOG ਵਾਲੀ ਇੱਕ ਸਕੀਮ ਸੀ ਉਹ ਵੀ ਆਏ 5-7 ਬੰਦੇ ਇਕੱਠੇ ਹੋ ਗਏ GOG ਅੱਜ ਤੱਕ ਖਤਮ ਹੋ ਗਈ ਹੈ ਪਰ GOG ਵਾਲੀ ਸਕੀਮ ਜਿਹੜੀ ਸੀ ਉਹਨਾਂ ਦੇ ਬੰਦੇ 5-7 ਵਾਰੀ ਆਏ ਸੀ 5-7 ਬੰਦੇ ਉਹਨਾਂ ਵੀ ਫੋਟੋ ਖਿੱਚੀਆਂ ਉਹਨਾਂ ਨੇ ਕਿਹਾ ਠੀਕ ਹੈ ਤੁਹਾਡੀ ਆਜ਼ਾਦੀ ਉਹਦੀ ਕਾਰਵਾਈ ਕੀਤੀ ਜਾਏਗੀ ਤਾਂ ਕੋਈ ਕਾਰਵਾਈ ਨਹੀਂ ਕੀਤੀ ਹੈ ਅਸੀਂ ਇਸ ਜ਼ਿੰਮੇਵਾਰੀ ਦਾ ਸਾਰਾ ਹੀ ਜਿਹੜਾ ਜ਼ਿੰਮੇਵਾਰੀ ਜਿਹੜੀ ਹੈ ਉਹ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਵੀ ਉਹਨਾਂ ਦੀ ਲਾਪਰਵਾਹੀ ਨਾਲ ਸਾਡੀ ਜਿਹੜੀ ਹੈ ਧਰਮ ਪਤਨੀ ਉਹ ਨਹੀਂ ਰਹੀ ਇਸ ਦੁਨੀਆ 'ਚ ਜੀ ਅਸੀਂ CM ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜਾ ਹਾਦਸਾ ਸਾਡੇ ਨਾਲ ਹੋਇਆ ਉਹ ਕਿਸੇ ਪਿੰਡ ਵਿੱਚ ਹੋਰ ਕਿਸੇ ਨਾਲ ਨਾ ਹੋਏ ਹੋਰ ਵੀ ਕਈਆਂ ਲੋਕਾਂ ਨੇ ਫਾਰਮ ਭਰੇ ਹੋਏ ਨੇ ਪਰ ਉਹਨਾਂ ਨੂੰ ਵੀ ਕਈ ਗ੍ਰਾਂਟਾਂ ਨਹੀਂ ਮਿਲੀਆਂ ਸਾਡੇ ਨਾਲ ਜੋ ਹਾਦਸਾ ਹੋ ਚੁੱਕਿਆ ਉਹ ਤਾਂ ਹੋ ਚੁੱਕਿਆ ਬਾਕੀ ਹੋਰ ਕਿਸੇ ਨਾਲ ਨਹੀਂ ਹੋਇਆ ਅਸੀਂ CM ਸਾਹਿਬ ਵੀ ਇਹੀ ਅਰਦਾਸ ਕਰ ਰਹੇ ਹਾਂ ਕਿ ਮਹਾਰਾਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਕੁਛ ਕਾਰਵਾਈ ਕਰੋ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗੇ ਕਿ ਗਰੀਬ ਜਨਤਾ ਨਾਲ ਕੀ ਹਾਦਸਾ ਹੋ ਰਿਹਾ ਇੱਕ ਦਿਹਾੜੀਦਾਰ ਮਜ਼ਦੂਰ ਆਪਣਾ ਘਰ ਕਿੱਥੇ ਬਣ ਕਿਵੇਂ ਬਣਾਏਗਾ ਇਸ ਲਈ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਅਸੀਂ ਪ੍ਰਸ਼ਾਸਨ ਨੂੰ ਦਿੰਦੇ ਹਾਂ ਉਹਨਾਂ ਨੇ ਸਾਨੂੰ 1 ਰੁਪਈਆ ਵੀ ਅੱਜ ਤੱਕ ਨਹੀਂ ਦਿੱਤਾ ਜੀ ਸਰ ਅਸੀਂ ਆਪਣੇ ਪਰਿਵਾਰ ਨਾਲ ਇਹ ਸਲਾਹ ਕਰ ਰਹੇ ਹਾਂ ਕਿ ਜਿਹੜਾ ਅਫਸਰਾਂ ਦੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਹੋਇਆ
थोड़ा जो सख्त सख्त कार्रवाई की जाए ताकि अगे तो गांव कोई भी जो अफसर है इस तरह की लापरवाही ना करे। जी अफसर अभी जिम्मेवार समझते हैं तो सारी जी जिम्मेवारी अफसर की है। असी तो अगर फरियाद करनी है कि महाराज साडा घर टुट गया है, ये तो कुछ गौर करो, गौरवला गौर नहीं की, इसलिए साढ़े घर का एक जी चला गया। उसकी सारी जिम्मेवारी जी प्रशासन से अज समझ। ढाई साल पहले मैं साढ़े गाँव का सरपंच बाबा दास इंद्रपाल शर्मा असी तीन जने डीसी दफ्तर जाके एप्लीकेशन दे के आए कि साढ़ा घर टुट गया है, ये तो कोई कार्रवाई की जाए या ग्रांट दी जाए, मगर अज तक कोई भी डीसी दफ्तर कोई बंदा नहीं आया देखने वास्ते भी को ग्रांट चाहिए है या नहीं चाहिए, या कच्चा घर है या पक्का घर है। ये तो वेरीफाई करना चाहिए उन्होंने कि किड़े घर की ग्रांट मंग रहे हैं, जो पक्का होता फिर अभी नहीं मंगनी, पर कच्चा घर है स्लेट पेन उपर तुम आगे देख सकते हो कच्चा घर किनू कहें स्लेटा वाले घर कहें कच्चा घर सन 1965 का घर बनया, इन किन्ना चिर घर कटना ही अगर किन्ना कटना इन डिगना से ये सारी जिम्मेवारी जी प्रशासन। नमस्कार जी, हो गए भरजाई हड्डी डैथ हो गई, मकान डिग पिया, तो पहले भी बड़े फार्म भरे सैकटरी सब कुछ पता पंचायत ही पता, तो कोई कारोबार की गई इन्होंने गरीब बंदा है तो जान खान का नुकसान हो गया, हम तो की करनी सरकार कर दें कि इन्ने देंगे की करना, हम मर गए तो की करना, गरीब बंद का कोई सुनता ही नहीं है, मन की करता है कहते कि करने सरकार अभी बनाने वोट पा के की करना, जो माड़े बंद सोच दिए कख नहीं, जो पहले कि कोई ग्रांट माड़ी मोटी दीती होंगी तो चलो जान बच जाती, वो बेचारी दो अगे खल आके सारे ने मर जाना, पर यह है कि टाइम से निकल के बाहर वो बेचारी बीमार ही नहीं होया, सरकार की लापरवाही बहुत ज्यादा। और भी सर पिंड मकान जिन्होंने अप्लाई किया पे बड़े बड़े बहुत ज्यादा कितने जिंदे कच्चे दिंदे सरकार बोल दें प्रशासन का कि दबे रही है फैला अगे जी। कोई अधिकारी अज मौके पर पहुंचे हाँ नहीं जी, कोई नहीं पहुंचे जी, किसी ने सुध नहीं ले आके नहीं जी, नहीं किसी ने कोई नहीं आया जी, अपने पिंड की बरादरी है बस। रात का मुड़ा मकान डे गया, गरीब मुड़ा है इस घर वाली जी है वो बेचारे थले आके दब के मर गए जी। यहाँ पहले भी किता होया पहले भी सारा ही कार्रवाई हुई है लेकिन एक्शन कोई नहीं होया। किन्ने में हादसा होया ये रात को? रात को हादसा होया है साढ़े बारह एक बजे बैलिस बिच हो बदल गजा, उस बहुत बड़ी बारिश हुई है बदल गजा, बदल गजन के नाल ही जरा मकान डिग गया, बैठे से बेचारी थले आ गए मदद सी मुड़े की बाहर लैके बाहर आया करता ही बाद बहर आया मकान डिग जिसते हादसा उस टाइम किन्ने मेंबर मौजूद से अंदर मकान दे? तीन मेंबर थे। गजाधारी ज्वेलर्स जो है पिछले 75 सालों से आप सभी का भरोसा आपकी खुशियों के साथ, आशा पूर्णी मंदिर पठानकोट से मनचंदा टावर ढलोजी रोड। प्रभ दयाल गजाधारी ज्वेलर्स जो है पिछले 75 सालों से आप सभी का भरोसा आपकी खुशियों के साथ, आशा पूर्णी मंदिर पठानकोट से मनचंदा टावर ढलोजी रोड। प्रभ दयाल गजाधारी ज्वेलर्स जो है पिछले 75 सालों से आप सभी का भरोसा आपकी खुशियों के साथ, आशा पूर्णी मंदिर पठानकोट से मनचंदा टावर ढलोजी रोड। कहीं सुना है रिटेल की दुकान पर होलसेल का दाम? जी हाँ, नव्याल लेकर आया है डिजाइनर सूट्स, कुर्तीज और फैब्रिक्स, सबसे सस्ता सबसे अच्छा, डिफेंस रोड ममून पठानकोट, कॉन्टैक्ट 9614196141।